ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲੈ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਉਹ ਮਨੁੱਖ ਆਪਣੀ ਘਰ ਵਾਲੀ ਤੇ ਧੀ ਦੇ ਨਾਲ ਰਿਹਾ ਕਰਦਾ ਉਹ ਨੂੰ ਕਿਸੇ ਬੱਚੇ ਦਾ ਜਨਮ ਹੋਣਾ ਜਾਂ ਕਿਸੇ ਨੇ ਅਕਾਲ ਚਲਾਣੇ ਕਰ ਜਾਣਾ ਤੇ ਉਹ ਨੂੰ ਉੱਥੇ ਲੈ ਕੇ ਜਾਇਆ ਕਰਨਾ ਭਾਵ ਉਹ ਪੰਡਤ ਦਾ ਕੰਮ ਕਰਿਆ ਕਰਦਾ ਸੀ ਪਰ ਉਹ ਕਿਸੇ ਤੋਂ ਕੁਝ ਨਹੀਂ ਸੀ ਮੰਗਦਾ ਜੇ ਕਿਸੇ ਕੁਝ ਦੇ ਦਿਆ ਕਰਨਾ ਚਾਹਤਾ ਠੀਕ ਜੇ ਨਹੀਂ ਦਿਆ ਕਰਨਾ ਤਾਂ ਵੀ ਕੋਈ ਗੱਲ ਨਹੀਂ ਇਸ ਤਰ੍ਹਾਂ ਆਪਣੇ ਉਹ ਗੁਰਪਤਵ ਵਿੱਚ ਜੀਵਨ ਬਸਰ ਕਰਦਾ ਸੀ ਸਿਆਣੇ ਕਿਹਾ ਕਰਦੇ ਨੇ ਘਰ ਵਾਲੀ ਜਾਂ ਘਰ ਵਾਲੇ ਦਾ ਸਾਥ ਛੁੱਟ ਜਾਣਾ ਸਭ ਤੋਂ ਦੁਖਦਾਇਕ ਹੁੰਦਾ ਆਪਣੇ ਵੱਲੋਂ ਆਪਣੇ ਜੋ ਹੁੰਦੇ ਨੇ ਉਹਨਾਂ ਵੱਲੋਂ ਕੀਤੀ ਬੇਇੱਜ਼ਤੀ ਵੀ ਦੁਖਦਾਇਕ ਹੁੰਦੀ ਸਿਰ ਤੇ ਚੜੇ ਕਰਜ਼ ਨੂੰ ਨਾ ਉਤਾਰ ਪਾਣਾ ਇਹ ਵੀ ਜੜਾ ਹੈ ਇਹ ਵੀ ਇੱਕ ਬੋਝ ਹੁੰਦਾ ਮਾੜੇ ਮਾਲਕ ਦੇ ਥੱਲੇ ਕੰਮ ਕਰਨਾ ਇਹ ਵੀ ਇੱਕ ਬੋਝ ਹੈ ਮਾੜਿਆਂ ਦਾ ਸੰਗ ਕਰਨਾ ਇਹ ਵੀ ਮਾੜਾ ਤੇ ਸਭ ਤੋਂ ਪੈੜਾ ਰੋਗ ਗਰੀਬੀ ਜਿਸ ਕਾਰਨ ਉਹਦਾ ਜੀਵਨ ਜਿਹੜਾ ਸੀ ਉਹ ਬੜਾ ਔਖਾ ਵਿਆਪਨ ਹੋਣ ਦਿਆ ਸੀ ਇੱਕ ਦਿਨ ਉਹਦੀ ਧੀ ਕਹਿੰਦੀ ਪਿਤਾ ਜੀ ਸਿਆਣਿਆਂ ਨੇ ਇੱਕ ਗੱਲ ਕਹੀਏ ਜੇ ਤੁਸੀਂ ਕਹੋ ਤੇ ਮੈਂ ਤੁਹਾਨੂੰ ਕਹਾਂ ਕਹਿੰਦੀ ਹਾਂ ਪੁੱਤ ਤੱਸ ਕਹਿੰਦੀ ਉੱਦਮ ਕਰਨ ਦੇ ਨਾਲ ਗਰੀਬੀ ਨਹੀਂ ਰਹਿੰਦੀ ਨਾਮ ਜਪਣ ਦੇ ਨਾਲ ਪਾਪ ਨਹੀਂ ਰਹਿੰਦਾ ਚੁੱਪ ਰਹਿਣ ਦੇ ਨਾਲ ਲੜਾਈ ਨਹੀਂ ਵਾਦੀ ਤੇ ਸੋਚਣੇ ਜੋ ਹਰ ਸਮੇਂ ਸੋਚ ਕੇ ਵਿਚਾਰ ਕੇ ਕੰਮ ਕਰੇ ਸਤਰ ਕਰੇ ਤੇ ਜਾਗਣ ਵਾਲੇ ਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਕਿੰਧਤੀਏ ਤੂੰ ਕੀ ਕਰ ਰਹੀ ਹੈ ਤੂੰ ਸਾਫ਼-ਸਾਫ਼ ਦੱਸ ਕਹਿੰਦੀ ਪਿਤਾ ਜੀ ਤੁਸੀਂ ਇਹ ਕੰਮ ਕਰੋ ਆਪਣੇ ਦੇਸ਼ ਦੇ ਰਾਜਾ ਹੈ ਨਾ ਉਹਦੇ ਕੋਲ ਜਾ ਕੇ ਉਹਨੂੰ ਕਹੋ ਕਿ ਮੈਂ ਤੇਰੇ ਕੋਲ ਕੰਮ ਲੈਣ ਆਇਆ ਤੇ ਮੈਂ ਜੋ ਕੰਮ ਕਰਾਂਗਾ ਦੇਣ ਦੀਆਂ 100 ਤੇਰੇ ਕੋਲ ਮੁੰਦਰਾਵਾਂ ਲਾਵਾਂਗਾ ਕਿੰਧਤੀਏ ਉਹ ਮੈਨੂੰ 100 ਮੁੰਦਰਾਵਾਂ ਸੋਨੇ ਦੀਆਂ ਮੁੰਦਰਾ ਦੇਣ ਲੱਗਾ ਤੇ ਮੈਂ ਸਾ ਕੀ ਕੰਮ ਕਰਾਂਗਾ ਕਹਿੰਦੀ ਪਿਤਾ ਜੀ ਤੁਸੀਂ ਜਾਓ ਤਾਂ ਸੀ ਅਗਲੇ ਦਿਨੀ ਉਹ ਰਾਜੇ ਦੇ ਕੋਲ ਜਾਂਦਾ ਰਾਜੇ ਦੇ ਕੋਲ ਜਾ ਕੇ ਉਹਨੂੰ ਕਹਿਆ ਰਾਜਨ ਮੈਂ ਇੱਥੇ ਕੰਮ ਕਰਨਾ ਚਾਹੁੰਨਾ ਤੇ ਮੈਂ ਤੇਰੇ ਕੋਲ ਰੋਜ਼ ਦਾ 100 ਸੋਨੇ ਦੀਆਂ ਮੁੰਦਰਾ ਲਵਾਂਗਾ। ਰਾਜਾ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ। ਰਾਜ ਨੇ ਵੇਖਿਆ ਮੈਲੇ ਕਚਲੇ ਕੱਪੜੇ ਪਾਏ ਪੇ ਨੇ, ਕਿਤੋਂ-ਕਿਤੋਂ ਪਾਟੇ ਵੀ ਨੇ। ਸਿਰ ਤੇ ਜਿਹੜੀ ਟਸਰੀ ਬੰਨੀ ਪਈ ਓ ਵੀ ਟੇਟੀ-ਮੇਟੀ ਹੋਈ ਪਈ। ਇਹਦੇ ਬੋਲਣ ਦੇ ਢੰਗ ਤੋਂ ਐਵੇਂ ਪਤਾ ਲੱਗਦਾ ਹੈ ਵੀ ਇਹ ਕੋਈ ਪੰਡਤ ਆ ਪਰ ਇਹਦੇ ਹਾਲਾਤਾਂ ਤੋਂ ਪਤਾ ਲੱਗਦਾ ਪਿਆ ਗਰੀਬ ਹੈ। ਰਾਜਾ ਕਿੰਦਾ ਸਭ ਤੋਂ ਉੱਚੀ ਪਦਵੀ ਤੇ ਜੋ ਮੇਰੇ ਕੋਲ ਹੈ ਨਾ, ਉਹਨੂੰ ਵੀ ਰੋਜ਼ ਦੀਆਂ 100 ਦੀਆਂ ਮੋਹਰਾਂ ਨਹੀਂ ਮਿਲਦੀਆਂ ਤੇ ਮੈਂ ਤੈਨੂੰ ਕਿਵੇਂ ਦੇ ਸਕਾਂ? ਪਰ ਉਹਦਾ ਜਿਹੜਾ ਮੰਤਰੀ ਸੀ ਉਹ ਨੂੰ ਬੜੇ ਜਿਹੜਾ ਪੰਡਤ ਨੂੰ ਬੜੇ ਧਿਆਨ ਨਾਲ ਦੇਖਦਾ ਪਿਆ ਕਹਿੰਦਾ ਇੰਨੇ ਆਤਮ ਵਿਸ਼ਵਾਸ ਦੇ ਨਾਲ ਜੇਕਰ ਇਹ ਮੰਗ ਰਿਹਾ ਹੈ ਤਾਂ ਇਹਦਾ ਭਾਵ ਇਹਦੇ ਕੋਲ ਜ਼ਰੂਰ ਕੋਈ ਕਲਾ ਹੈ ਉਹ ਰਾਜੇ ਦੇ ਕੋਲ ਗਿਆ ਕਿ ਆਹ ਰਾਜਾ ਜੇਕਰ ਇਹ ਮੰਗਦਾ ਪਿਆ ਨਾ ਤਾਂ ਜ਼ਰੂਰ ਇਹਦੇ ਕੋਈ ਕੋਲ ਕਲਾ ਹੋਏਗੀ ਤਾਂ ਤੂੰ ਇਹਨੂੰ ਰੱਖ ਲੈ ਉਹ ਰਾਜਾ ਕਹਿੰਦਾ ਐਵੇਂ ਤੇ ਤੁਹਾਡੇ ਸਾਰਿਆਂ ਨਾਲ ਬੇਇਨਸਾਫੀ ਹੋਵੇਗੀ ਜੇਕਰ ਮੈਂ ਇਹਨੂੰ ਐਵੇਂ ਦੇ ਦਾਂਵਾ ਸੋ ਮੋਰਾ ਰੋਜ਼ਨੀਆਂ ਦੇ ਦਾਂਵਾ ਤਾਂ ਤੁਸੀਂ ਤੇ ਇੰਨੇ ਪੁਰਾਣੇ ਕੰਮ ਕਰਦੇ ਪਿਓ ਤੁਹਾਨੂੰ ਤਾਂ ਮੈਂ ਦਿੰਦਾ ਨਹੀਂ ਮੰਤਰੀ ਨੇ ਕਿਹਾ ਰਾਜਨ ਕੋਈ ਨਾ ਜੇਕਰ ਇਹ ਤੇਰੇ ਕੋਲ ਮੰਗਦਾ ਪਿਆ ਨਾ ਤਾਂ ਜ਼ਰੂਰ ਇਹਦੇ ਕੋਲ ਕੋਈ ਕਲਾ ਹੈ ਤਾਂ ਉਹ ਕਲਾ ਦੇ ਬਦਲੇ ਤੂੰ ਦੇ ਦੇ ਉਹ ਮੰਤਰੀ ਦੇ ਕਹਿੰਦੇ ਕਿ ਉਹਨੂੰ ਕੰਮ ਤੇ ਰੱਖ ਲਿਆ ਜਾਂਦਾ ਅੱਜ ਦੀਆਂ ਉਹ 100 ਮੋਹਰਾ ਲੈ ਕੇ ਤੇ ਘਰ ਚਲਾ ਜਾਂਦਾ ਜਦੋਂ ਘਰ ਜਾਂਦਾ ਤੇ ਆਪਣੀ ਧੀ ਤੇ ਉਹਦੀ ਘਰ ਵਾਲੀ ਬੈਠੇ ਹੁੰਦੇ ਨੇ ਤੇ ਜਾ ਕੇ ਉਹਨਾਂ ਦੀ ਥਲੀ ਤੇ ਰੱਖ ਦਿੰਦਾ ਉਹਨਾਂ ਕਦੀ ਇੰਨੀਆਂ ਮੋਹਰਾ ਨਹੀਂ ਸੰਦੇਖੀਆਂ ਉਹਦੀ ਘਰ ਵਾਲੀ ਹੈਰਾਨ ਤੇ ਪਰੇਸ਼ਾਨ ਹੋ ਜਾਂਦੀ ਉਹਨੂੰ ਕਹਿੰਦਾ ਹੈਰਾਨ ਤੇ ਪਰੇਸ਼ਾਨ ਨਾ ਹੋ ਇਹ ਮੈਂ ਰਾਜਨ ਦੇ ਕੋਲ ਨੌਕਰੀ ਲੱਗਾ ਵਾਂ ਤੇ ਉਹਨੇ ਮੈਨੂੰ ਦਿੱਤੀਆਂ ਨੇ ਹੁਣ ਉਹਦੀ ਧੀ ਨੇ ਰੋਜ਼ ਉਹਨੇ ਜਾਇਆ ਕਰਨਾ ਉਹਨੇ ਸੋਮ ਹੋਰਾ ਲੈ ਕੇ ਆਇਆ ਕਰਨਾ ਹੁਣ ਉਹਦੀ ਧੀ ਨੇ ਕੀ ਕੀਤਾ ਕਿ ਨਗਰ ਦੇ ਵਿੱਚ ਜਿਸ ਥਾਂ ਪਾਣੀ ਨਹੀਂ ਸੀ ਪਹੁੰਚਦਾ ਉੱਥੇ ਖੂਹ ਪਟਵਾ ਦਿੱਤਾ ਇੱਕ ਵਧੀਆ ਸਰੀ पाठशाला ਬਣਾ ਦਿੱਤੀ ਜਿੱਥੇ ਲੋਕੀ ਆ ਕੇ ਜਿੱਥੇ ਬੱਚੇ ਫ੍ਰੀ ਖਾਤੇ ਪੜ ਸਕਦੇ ਸਨ ਉਹਨੇ ਰੋਜ਼ ਇੱਕ ਥਾਂ ਤੇ ਲੰਗਰ ਲਾਇਆ ਕਰਨਾ ਜੋ ਤੁਹਾਰ ਕੋ ਜਾ ਕੇ ਖਾ ਸਕਦੇ ਉਹਨੇ ਐਵੇਂ ਦਾਨ ਪਾਉਂਦੇ ਬੜੇ ਕੰਮ ਕਰਿਆ ਕਰਨੇ ਥੋੜੀ ਦੂਰ ਇੱਕ ਜੰਗਲ ਸੀ ਜੰਗਲ ਦੇ ਵਿੱਚ ਪਸ਼ੂਆਂ ਨੂੰ ਪਾਣੀ ਪੀਂਦੀ ਬੜੀ ਦਿੱਕਤ ਸੀ ਉਹਨੇ ਉਹਨਾਂ ਦੇ ਵੀ ਬੰਦੋਬਸਤ ਕੀਤਾ ਐਵੇਂ ਕਰਕੇ ਉਹ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੀ ਤੇ ਨਾਲ ਹੋਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਐਵੇਂ ਹੌਲੀ-ਹੌਲੀ ਸਮਾਂ ਲੰਘਦਾ ਪਿਆ ਪਰ ਜਿਹੜੇ ਦਰਬਾਰ ਦੇ ਵਿੱਚ ਲੋਕ ਸੀ ਨਾ ਉਹ ਇਸ ਗੱਲ ਤੋਂ ਬੜਾ ਸਾੜਾ ਬੜੀ ਨਫ਼ਰਤ ਤੇ ਈਰਖਾ ਕਰਦੇ ਵੀ ਸਾਡੇ ਤੋਂ ਜ਼ਿਆਦਾ ਇਹਨੂੰ ਵੇਤਨ ਮਿਲਦਾ ਪਿਆ ਇਹ ਮੰਤਰੀ ਦੀ ਮੂਰਖਤਾ ਦੇ ਕਾਰਨ ਇਹਨੂੰ ਰੱਖ ਲਿਆ ਗਿਆ ਹੁਣ ਇੱਕ ਦਿਨਾਂ ਨਾਲ ਦੇ ਜਿਹੜਾ ਦੇਸ਼ ਸੀ ਉੱਥੋਂ ਦਾ ਇੱਕ ਇਹਨਾਂ ਦੇ ਕੋਲ ਇੱਕ ਸੈਨਿਕ ਆਉਂਦਾ ਘੋੜੇ ਤੇ ਚੜ ਕੇ ਉਹ ਇੱਕ ਚਿੱਠੀ ਜੀ ਲੈ ਕੇ ਆਉਂਦਾ ਉਹ ਕਹਿੰਦਾ ਰਾਜਨ ਮੈਂ ਫਲਾਣੀ ਦੇਸ਼ ਤੋਂ ਆਇਆ ਹੁਣ ਰਾਜਾ ਸਮਝ ਗਿਆ ਕਿ ਨਾ ਸ਼ਕਤੀਸ਼ਾਲੀ ਹੋ ਤੇ ਮੇਰੇ ਨਾਲ ਕਹਿੰਦੇ ਹਾਂਜੀ ਦੱਸੋ ਕਿਵੇਂ ਆਉਣਾ ਹੋਇਆ ਕਹਿੰਦਾ ਮੇਰੇ ਰਾਜੇ ਨੇ ਕਿਹਾ ਜੇਕਰ ਤੂੰ ਮੇਰੇ ਦੋ ਸਵਾਲਾਂ ਦਾ ਜਵਾਬ ਦੇ ਦੇਂਗਾ ਤਾਂ ਮੇਰਾ ਰਾਜਾ ਆਪਣਾ ਅੱਧਾ ਰਾਜ ਤੈਨੂੰ ਦੇ ਦੇਗਾ ਜੇਕਰ ਤੂੰ ਨਹੀਂ ਦੇ ਸਕਿਆ ਤੇ ਤੂੰ ਆਪਣਾ ਨਾਲ ਲੱਗਦਾ ਅੱਧਾ ਰਾਜ ਸਾਨੂੰ ਦੇ ਦੀ ਜੇ ਤੂੰ ਜਵਾਬ ਦੇਣ ਤੋਂ ਵੀ ਮਨਾਂ ਕੀਤਾ ਤੇ ਉਹ ਆਪਣੀ ਸੇਨਾ ਲੈ ਕੇ ਤੇਰੇ ਉੱਤੇ ਆ ਕੇ ਹਮਲਾ ਕਰ ਦੇਗਾ ਰਾਜਾ ਹੁਣ ਫਸ ਗਿਆ ਹੁਣ ਕਿਸੇ ਪਾਸੇ ਨੂੰ ਹੱਲ ਨਾ ਦਿਸੇ ਉਹ ਆਂਦਾ ਜਵਾਬ ਦੇਣੀ ਸੋਖੇ ਨੇ ਉਹ ਕਹਿੰਦਾ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦਵਾਂਗਾ ਉਹਨੇ ਇੱਥੇ ਸਾਰੇ ਜਿੰਨੇ ਮੰਤਰੀ ਬੈਠੇ ਸਨ ਸਭ ਨੂੰ ਪੁੱਛਿਆ ਕਿ ਤੁਸੀਂ ਇਹਦੇ ਸਵਾਲਾਂ ਦੇ ਜਵਾਬ ਦਵੋਗੇ ਸਾਰੇ ਜਿਹਨਾਂ ਨੇ ਸਿਰ ਥੱਲੇ ਕਰ ਲਿਆ ਸਾਰਿਆਂ ਨੇ ਉਹ ਪੰਡਤ ਦਾ ਨਾਮ ਲਿਆ ਕਿ ਰੋਜ਼ ਦੀਆਂ ਸੋਹ ਸੋਨੇ ਦੀਆਂ ਮੁੰਦਰਾਵਾਂ ਲੈ ਕੇ ਜਾਂਦਾ ਹੈ ਉਹ ਕਿਸ ਦਿਨ ਕੰਮ ਆਏਗਾ ਉਸ ਤੋਂ ਪੁੱਛੋ ਸਾਰਿਆਂ ਨੇ ਕਿਹਾ ਠੀਕ ਹੈ ਉਹਨੂੰ ਬੁਲਾਇਆ ਗਿਆ ਰਾਜਾ ਕਹਿੰਦਾ ਇੱਕ ਵਾਰ ਤੁਸੀਂ ਵੀ ਸਾਰੇ ਜਣੇ ਦੇਖ ਲਓ ਉਹਨਾਂ ਤਿੰਨ ਬੜੇ ਸੋਹਣੇ ਚਿੱਟੇ ਰੰਗ ਦੇ ਪੱਥਰ ਦੀਆਂ ਤਿੰਨ ਉਹਨਾਂ ਨਾਲ ਕੋਈ ਮੂਰਤੀਆਂ ਬਣਾ ਕੇ ਤੇ ਰੱਖ ਦਿੱਤੀਆਂ ਕ ਇੱਕ ਮੇਜ਼ ਲਿਆਓ ਤੇ ਉਹਦੇ ਉੱਤੇ ਰੱਖ ਦਿੱਤੀਆਂ ਕਿਹਾ ਇਹਨਾਂ ਦੇ ਵਿੱਚ ਜੇਕਰ ਕੋਈ ਅੰਤਰ ਦੇਖ ਤੈ ਤੇ ਦੱਸੋ ਜਿੰਨੇ ਮੰਤਰੀ ਸੰਸਾਰਿਆਂ ਨੇ ਵਾਰੀ-ਵਾਰੀ ਆ ਕੇ ਦੇਖਿਆ ਤੇ ਕਿਸੇ ਨੂੰ ਕੁਝ ਨਾ ਲੱਭਾ ਹੂ ਬਹੂ ਹੁਣ ਸਾਰੇ ਜਣੇ ਆਪਣੇ ਸਿਰ ਨੀਵੇਂ ਕਰਕੇ ਤੇ ਬੈਠ ਕੇ ਹੁਣ ਪੰਡਤ ਨੂੰ ਸੱਦਿਆ ਗਿਆ ਪੰਡਤ ਜੀ ਕੋਲ ਆਇਆ ਤੇ ਹੈਰਾਨੀ ਨਾਲ ਦੇਖਦਾ ਵੀ ਫਰਕ ਤਾਂ ਇੰਨਾ ਚੜਤੀ ਪਰ ਨਹੀਂ ਹੈਗਾ ਤੇ ਅੱਜ ਜਿਹੜਾ ਮੈਂ ਇੰਨਾ ਵੇਤਨ ਲਿਆ ਉਹ ਵੀ ਵਾਪਸ ਕਰਨਾ ਪੈਣਾ ਤੇ ਨਾਲੇ ਸ਼ਰਮਿੰਦਗੀ ਜੋ ਮੈਂ ਇੰਨੀ ਹੋਏਗੀ ਮੇਰੀ ਉਹ ਅੱਡ ਤੋਂ ਹੋਵੇਗੀ ਕੋਸਮੇਲੀ ਸੋਚਦਾ ਕਿੰਦਾ ਮੈਂ ਇੰਨਾ ਸਾਰਿਆਂ ਦੇ ਜਵਾਬ ਨਾ ਕੱਲ ਨੂੰ ਦਵਾਂਗਾ ਤੇ ਅੱਜ ਤਾਂ ਮੈਨੂੰ ਸਮਾਂ ਦੇ ਦੋ ਕਿੰਦੇ ਠੀਕ ਹੈ ਉਹਨੇ ਤਿੰਨੋਂ ਮੂਰਤੀਆਂ ਆਪਣੇ ਚੋਲੇ ਦੇ ਵਿੱਚ ਪਾਈਆਂ ਤੇ ਘਰ ਆ ਗਿਆ ਉਹ ਆਪਣੀ ਤਿੰਨੋਂ ਸਾਰੀ ਗੱਲ ਪਤਾ ਦੱਸਦਾ ਹੈ ਵੀ ਅੱਜ ਮੈਨੂੰ ਇਹ ਸਵਾਲ ਦੱਸਿਆ ਹੈ ਤੇ ਦਾ ਮੈਨੂੰ ਜਵਾਬ ਚਾਹੀਦਾ ਕਿੰਦੇ ਠੀਕ ਹੈ ਉਹ ਕਹਿੰਦੀ ਪਿਤਾ ਜੀ ਕੋਈ ਨਾ ਉਹਨਾ ਇੱਕ ਮਾਂਜਾ ਫੇਰਦੀ ਹੁੰਦੀ ਹੈ ਉਥੇ ਰੱਖ ਕੇ ਉਹਦਾ ਤੀਲਾ ਚੁੱਕ ਲੈਂਦੀ ਉਹ ਤੀਲੇ ਨੂੰ ਚੁੱਕ ਕੇ ਇੱਕ ਕੰਨ ਤੋਂ ਪਾਉਂਦੀ ਹੈ ਤਾਂ ਦੂਸਰੇ ਕੰਨ ਦੇ ਵਿੱਚੋਂ ਨਿਕਲ ਆਉਂਦਾ ਦੂਜੀ ਚ ਪਾਉਂਦੀ ਹੈ ਇੱਕ ਕੰਨ ਤੋਂ ਉਹ ਮੂੰਹ ਚ ਨਿਕਲ ਆਉਂਦਾ ਤੀਜੀ ਚ ਪਾਉਂਦੇ ਹੈ ਉਹ ਤੀਲਾ ਢਿੱਡ ਚ ਚਲਾ ਜਾਂਦਾ ਉਹ ਕਹਿੰਦਾ ਧੀਏ ਇਹਦਾ ਕੀ ਭਾਵ ਹੈ ਕਹਿੰਦੀ ਪਿਤਾ ਜੀ ਕੰਨ ਤੋਂ ਜੋ ਦੂਜੇ ਕੰਨ ਗਿਆ ਉਹ ਇੱਕ ਕੰਨ ਤੋਂ ਸੁਣ ਕੇ ਦੂਸਰੇ ਕੰਨ ਪਾਪ ਦੂਸਰੇ ਕੰਨ ਤੋਂ ਕੱਢ ਦਿੰਦਾ ਭਾਵ ਅਣਗੋਲੀ ਕਰ ਦਿੰਦਾ ਹਰੇ ਕੰਨ ਨੂੰ ਸੁਣਦੀ ਸਭਦ ਪਰ ਅੰਗੋਲਾ ਕਰ ਦਿੰਦਾ ਵੀ ਦੂਜੇ ਕੰਨ ਚੋਂ ਪਾ ਕੇ ਕੱਢ ਦਿੰਦਾ ਭਾਵ ਉਹ ਮਸਤ ਮੋਲੇ ਦੂਸਰਾ ਇੱਕ ਕੰਨ ਤੋਂ ਪਾ ਕੇ ਮੂੰਹ ਚੋਂ ਕੱਢ ਦਿੰਦਾ ਇਹਦਾ ਭਾਵ ਉਹ ਜੋ ਵੀ ਕੰਨ ਤੋਂ ਸੁਣਦਾ ਉਹ ਮੂੰਹ ਤੋਂ ਬਾਹਰ ਕੱਢ ਦਿੰਦਾ ਉਹ ਚੁਗਲੀ ਚੱਪਾ ਤੇ ਹਰ ਕਿਸੇ ਨੂੰ ਉਹ ਜੋ ਦੇ ਮਨ ਚ ਆਇਆ ਉਹਨੇ ਬੋਲ ਦੇਣਾ ਤੀਸਰਾ ਤੀਸਰਾ ਇਹ ਹੈ ਕਿ ਇੱਕ ਕੰਨ ਤੋਂ ਪਾ ਕੇ ਉਹ ਟਿੱਡ ਦੇ ਵਿੱਚ ਹੀ ਸਮਾ ਲੈਂਦਾ ਕਹਿੰਦੇ ਮੈਨੂੰ ਇਹ ਹੀ ਪੁੱਛਿਆ ਸੀ ਕਿ ਤਿੰਨਾਂ ਦੇ ਵਿੱਚੋਂ ਸਭ ਤੋਂ ਵਧੀਆ ਤੇ ਸਭ ਤੋਂ ਉੱਤਮ ਕਿਹੜੀ ਹੈ ਅਗਲੇ ਦਿਨ ਜਾਂਦੇ ਤੇ ਸਭ ਨੂੰ ਦੱਸਦਾ ਹੈ ਵੀ ਇੱਕ ਪਹਿਲੀ ਦਾ ਭਾਵ ਹੈ ਕਿ ਉਹ ਹਰੇ ਗੱਲ ਨੂੰ ਸੁਣ ਕੇ ਦੂਸਰੇ ਕੰਨ ਤੋਂ ਕੱਢ ਦੇਣਾ ਭਾਵ ਉਹ ਅਣਗੇਲਾ ਤੇ ਮਸਤਮੋਲਾ ਅਗਲੀ ਗੱਲ ਕਹੀ ਇੱਕ ਕੰਨ ਤੋਂ ਪਾ ਕੇ ਮੂੰਹ ਚੋਂ ਕੱਢਣਾ ਭਾਵ ਉਸ ਚੁਗਲੀ ਚੱਪਾ ਤੇ ਹਰ ਕਿਸੇ ਨੂੰ ਜੇ ਇੱਕ ਜੋ ਦੇ ਮਨ ਚ ਹੈ ਉਹਨੇ ਉਹ ਭਾਵ ਪ੍ਰਗਟ ਕਰ ਦੇਣਾ ਅਗਲੇ ਨੂੰ ਪਾਵੇਂ ਉਹ ਗੋਲੀ ਲੱਗੇ ਤੇ ਪਾਵੇਂ ਗਿੱਟੇ ਲੱਗੇ ਕਹਿੰਦੇ ਠੀਕ ਹੈ ਤੀਸਰੀ ਗੱਲ ਕਹੀ ਇੱਕ ਕੰਨ ਤੋਂ ਕੰਢ ਕਿਤੇ ਉੱਤੇ ਢਿੱਚ ਪਾ ਲੈਣਾ ਇਹਦਾ ਭਾਵ ਕਿ ਉਹਨੂੰ ਜੋ ਗੱਲ ਕਹੀ ਉਹ ਉੱਥੋਂ ਤੱਕ ਸੀਮਿਤ ਰਹੇਗੀ ਉਹ ਅੱਗੇ ਕਦੀ ਨਹੀਂ ਜਾਂਦੀ ਇਹਦਾ ਭਾਵ ਸਭ ਤੋਂ ਸ੍ਰੇਸ਼ਟ ਇਹ ਹੀ ਹੈ ਜੋ ਇੱਕ ਕੰਨ ਤੋਂ ਪਾ ਕੇ ਤੇ ਢਿੱਡ ਦੇ ਵਿੱਚ ਰੱਖ ਲੈਂਦੀ ਕਹਿੰਦੇ ਠੀਕ ਹੈ ਸਾਰੇ ਜਣੇ ਉਸ ਜਵਾਬ ਤੋਂ ਬੜੇ ਜ਼ਿਆਦਾ ਸੰਤੁਸ਼ਟ ਹੋ ਗਏ ਉਹ ਜਿਹੜਾ ਸੈਨਿਕ ਆਇਆ ਸੀ ਉਹਨੇ ਵੀ ਬੜੀ ਵਾਹ-ਵਾਹ ਕੀਤੀ ਕਹਿੰਦੇ ਜੋ ਮਨੁੱਖ ਸਭ ਦੀ ਸੁਣ ਕਿਸੇ ਨੂੰ ਕੁਝ ਨਹੀਂ ਕਹਿੰਦਾ ਸਮਾਂ ਆਉਣ ਤੇ ਉਸ ਦੀ ਵਰਤੋਂ ਕਰਦਾ ਉਹੀ ਮਨੁੱਖ ਤਿੱਖਣ ਦਿਮਾਗ ਵਾਲਾ ਹੁੰਦਾ ਹੈ ਸਿਆਣਾ ਤੇ ਸਮਝਦਾਰ ਹੁੰਦਾ ਹਰ ਥਾਂ ਉਹ ਕਾਮਯਾਬੀ ਵੀ ਹਾਸਲ ਕਰਦਾ ਕਿੰਦਾ ਰਾਜਨ ਸੈਨਿਕ ਕਿੰਦਾ ਰਾਜਨ ਹੁਣ ਮੇਰਾ ਦੂਸਰਾ ਸਵਾਲ ਕਿੰਦੇ ਪੁੱਛੋ ਤੁਹਾਡਾ ਦੂਸਰਾ ਸਵਾਲ ਕੀ ਹੈ ਉਹ ਕਹਿੰਦਾ ਉਹ ਕਿਹੜੀ ਸ਼ੈ ਜੋ ਮਰਨ ਤੋਂ ਜਿੰਦੀ ਰਹਿੰਦੀ ਹੈ ਤੇ ਇੱਕ ਜਿਉਂ ਭਾਵ ਜਿਉਂ ਤੋਂ ਜਿਉਂਦੀ ਰਹਿੰਦੀ ਉਹ ਨਾ ਫਿਰ ਹੁਣ ਪੰਡਤ ਨੂੰ ਬੁਲਾਇਆ ਗਿਆ ਸਾਰੇ ਕਿੰਦੇ ਸਾਨੂੰ ਨਹੀਂ ਪਤਾ ਪੰਡਤ ਕਹਿੰਦਾ ਮੈਨੂੰ ਅੱਜ ਦੇ ਦਿੰਦਾ ਸਮਾਂ ਚਾਹੀਦਾ ਮੈਂ ਕੱਲ ਨੂੰ ਦੱਸਾਂਗਾ ਇਹ ਸਵਾਲ ਲੈ ਕੇ ਤੇ ਆਪਣੀ ਧੀ ਦੇ ਕੋਲ ਫੇਰ ਚਲਾ ਜਾਂਦਾ ਉਹਦੀ ਧੀ ਜਦੋਂ ਪੋਸਣਦੀ ਹੈ ਤੇ ਉਹਦੀ ਧੀ ਉਹਨੂੰ ਬਿਠਾ ਕੇ ਮੰਜੇ ਤੇ ਕਹਿੰਦੀ ਪਿਤਾ ਜੀ ਸੁਣੋ ਕਹਿੰਦੀ ਪ੍ਰਾਤਨ ਸਮੇਂ ਪ੍ਰਾਤਨ ਸਮੇਂ ਦੀ ਗੱਲ ਹੈ ਤੇ ਕਹਿੰਦੀ ਪਿਤਾ ਜੀ ਅੱਜ ਦੇ ਸਮੇਂ ਸਾਰੇ ਲੋਕ ਪੰਡਤ ਤੇ ਹਕੀਮਾਂ ਤੋਂ ਜ਼ਿਆਦਾ ਮਦਦ ਲੈਂਦੇ ਇਸ ਕਾਲ ਤੋਂ ਤੁਸੀਂ ਵੀ ਜਾਣੋ ਕਹਿੰਦਾ ਹਾਂ ਕਹਿੰਦਾ ਇਸ ਦਾ ਹੱਲ ਹੈ ਵੀ ਤੁਹਾਇ ਦਾ ਭਾਵ ਵੀ ਤੁਸੀਂ ਹੀ ਇਹਦਾ ਜੋ ਹੈ ਉਹ ਉੱਤਰ ਵੇਖੋ ਪੰਡਤ ਤੇ ਹਕੀਮ ਜਨਮ ਤੋਂ ਉੱਛੇ ਪੰਡਤ ਹੁੰਦੀ ਨੇ ਉਹ ਜਨਮ ਤੋਂ ਲੈ ਕੇ ਮਰਨ ਤੱਕ ਦੇ ਕਾਰਜ ਕਰਵਾਉਂਦੇ ਨੇ ਤੇ ਉਹਦਾ ਹੀ ਪੈਸਾ ਵਟਦੇ ਨੇ ਉਸ ਨਾਲ ਆਪਣੇ ਘਰ ਦਾ ਖਰਚ ਚਲਾਉਂਦੇ ਨੇ ਤੇ ਉਸ ਨਾਲ ਹੀ ਜਿਉਂਦੇ ਰਹਿੰਦੇ ਇਹਦਾ ਭਾਵ ਇਹ ਹੋ ਗਿਆ ਤੁਸੀਂ ਹੋਗੇ ਦੂਸਰਾ ਇਹਦਾ ਜੋ ਹੈ ਮਰਨ ਤੋਂ ਮਰ ਹਕੀਮ ਮੌਤ ਤੇ ਮੂੰਹ ਤੋਂ ਵੀ ਲੋਕਾਂ ਨੂੰ ਬਾਹਰ ਕੱਢ ਲਿੰਦਾ ਤੇ ਇਹਦਾ ਉੱਤਰ ਹੈ ਪੰਡਤ ਤੇ ਅਗਲਾ ਉੱਤਰ ਹੈ ਹਕੀਮ ਉਹ ਸਵੇਰੇ ਰਾਜ ਦਰਬਾਰ ਦੇ ਵਿੱਚ ਜਾਂਦਾ ਤੇ ਜਾ ਕੇ ਉੱਤਰ ਦੱਸ ਦਿੰਦਾ ਹੋਣ ਜਿਹੜਾ ਸੈਨਿਕ ਸੀ ਉਹ ਇਸ ਚੀਜ਼ ਤੋਂ ਬੜਾ ਪ੍ਰਭਾਵਿਤ ਹੁੰਦਾ ਉਹ ਪ੍ਰਭਾਵਿਤ ਹੁੰ ਵੀ ਹੁੰਦਾ ਤੇ ਉਹਨਾਂ ਦੇ ਨਾਲ ਕਈ ਤਰ੍ਹਾਂ ਦੇ ਵਪਾਰ ਤੇ ਜੋ ਵਪਾਰ ਸਨ ਉਹ ਕਰਕੇ ਤੇ ਉੱਥੇ ਚਲਾ ਜਾਂਦਾ ਹੁਣ ਰਾਜੇ ਨੇ ਪੰਡਤ ਨੂੰ ਬੜਾ ਖੁਸ਼ ਹੋਇਆ ਕਿੰਦਾ ਵੀ ਤੁਸੀਂ ਸਾਡਾ ਇੱਜ਼ਤ ਬਚਾਈ ਤੇ ਉੱਥੋਂ ਪੰਡਤ ਚਲਾ ਜਾਂਦਾ ਨੂੰ ਮੋਹਰਾਰ ਕੀ ਕੁਝ ਦਿਨ ਦਿਨ ਹੁਣ ਰਾਜੇ ਦੇ ਮਨ 'ਚ ਸਵਾਲ ਹੁੰਦਾ ਵੀ ਇੰਨਾ ਗਿਆਨੀ ਏ ਪਰ ਇਹਨੇ ਇੱਕ ਇੱਕ ਦਿਨ ਦਾ ਸਮਾਂ ਕਿਉਂ ਲਿਆ ਤੇ ਘਰ ਕਿਉਂ ਜਾਂਦਾ ਸੀ ਉਹਨੂੰ ਬੁਲਾਇਆ ਗਿਆ ਪੰਡਤ ਨੇ ਵੀ ਕਿਹਾ ਕਿੰਦਾ ਇੰਨਾ ਸਵਾਲਾਂ ਦੇ ਜਵਾਬ ਮੇਰੇ ਧੀ ਨੇ ਦਿੱਤੇ ਉਹ ਬੜਾ ਖੁਸ਼ ਹੋਇਆ ਵੀ ਕੋਈ ਇੰਨੀ ਵੀ ਗਿਆਨਵਾਨ ਹੋ ਸਕਦੀ ਉਹਦੀ ਪਾਲਕੀ ਭੇਜੀਗੀ ਤੇ ਤੀਨ ਨੂੰ ਬੁਲਾਇਆ ਗਿਆ ਉਹਦੀ ਤੀਨ ਨੂੰ ਕਿਆ ਬਿੱਤੀਏ ਤੋ ਇੰਨੀ ਗਿਆਨਵਾਨ ਤੇ ਨਹੀਂ ਗੁਣੀ ਕਿੱਥੋਂ ਗੁਣ ਸਿੱਖੇ ਹਨ ਉਹਨੇ ਕਿਹਾ ਮੈਂ ਆਪਣੇ ਪਿਤਾ ਜੀ ਤੋਂ ਸਿੱਖੇ ਨੇ ਮੇਰੇ ਪਿਤਾ ਜੀ ਨੇ ਮੈਨੂੰ 14 ਵਿਦਿਆ ਵਿੱਚ ਜੋ ਹੈ ਉਹ ਸੰਪੰਨ ਕਰਵਾਇਆ ਮੇਰੇ ਪਿਤਾ ਜੀ ਆਪ ਇੰਨਾ ਕਲਾ ਵਿੱਚ ਸੰਪੰਨ ਨੇ ਇੰਨਾ ਮੈਨੂੰ ਪੁੱਤਾਂ ਵਾਂਗ ਹਰ ਇੱਕ ਕਲਾ ਸਿਖਾਈ ਤੇ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕੀਤਾ ਤੇ ਉਤੋਂ ਹੀ ਇਹ ਜਵਾਬ ਦਿੱਤੇ ਨੇ ਮੇਰੇ ਪਿਤਾ ਜੀ ਬੜੇ ਜ਼ਿਆਦਾ ਭੋਲੇ ਨੇ ਜੇਕਰ ਕੋਈ ਉਹਨੂੰ ਕੁਝ ਦਿੰਦਾ ਸੀ ਤੇ ਲੈ ਆਉਂਦੇ ਸੀ ਨਹੀਂ ਦਿੰਦਾ ਸੀ ਤੇ ਇਹ ਕਦੀ ਕਿਸੇ ਤੋਂ ਮੰਗਦੇ ਨਹੀਂ ਸੀ ਜਿਸ ਕਾਰਨ ਗਰੀਬੀ ਵਿੱਚ ਇਹ ਆਪਣਾ ਜੀਵਨ ਬਸਰ ਕਰਦੇ ਪਏ ਸਨ ਇਹਨਾਂ ਵਿੱਚ ਆਤਮ ਵਿਸ਼ਵਾਸ ਦੀ ਬਹੁਤ ਜ਼ਿਆਦਾ ਕਮੀ ਸੀ ਇਹ ਆਪਣੇ ਹੱਕ ਲਈ ਨੀਸਨ ਖੜਦੇ ਇਹਨਾਂ ਨੂੰ ਇੱਥੇ ਵੀ ਮੈਂ ਹੀ ਭੇਜਿਆ ਸੀ ਤੇ ਇਸ ਕਾਰਨ ਅੱਜ ਇਹ ਆਪਣੇ ਮੁਕਾਮ ਤੱਕ ਪਹੁੰਚੇ ਨੇ ਉਹਨਾਂ ਕਿਹਾ ਧੀਏ ਤੂੰ ਮੰਗ ਤੂੰ ਕੀ ਮੰਗਣਾ ਚਾਹੁੰਨੀ ਹੈ ਤੂੰ ਆਪਣੇ ਪਿਓ ਦਾ ਵੀ ਸਿਰ ਅਜੁੱੱਚਾ ਕੀਤਾ ਤੇ ਆਪਣਾ ਰਾਜ ਵੀ ਬਚਾਇਆ ਤੂੰ ਦੱਸ ਕੀ ਚਾਹੁੰਨੀ ਤਾਨੇ ਕਿਹਾ ਕਿ ਮੈਂ ਸਿਰਫ ਤੁਹਾਡੇ ਅਗੇ ਇਹ ਹੀ ਅਰਜ਼ੀ ਕਰਨੀ ਚਾਹੁੰਨੀ ਹਾਂ ਕਿ ਤੁਸੀਂ ਸਾਰੇ ਦੇਸ਼ ਵਿੱਚ ਕਹੋ ਧੀਆਂ ਨੂੰ ਵੀ ਪੜਾਇਆ ਜਾਵੇ ਉਹਨਾਂ ਨੂੰ ਗਿਆਨਮਾਨ ਸੂਝਮਾਨ ਸਮਝਦਾਰ ਤੇ ਗੁਣਾਂ ਦਾ ਧਾਰਨੀ ਬਣਾਇਆ ਜਾਵੇ ਜਿਸ ਦੇ ਨਾਲ ਉਹਨਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ ਤੇ ਕੋਈ ਵੀ ਉਹਨਾਂ ਨੂੰ ਫਿਰ ਕਦੀ ਕੋਈ ਮਾੜੀ ਨਿਗਾਹ ਨਾ ਤੇ ਮਾੜਾ ਸ਼ਬਦ ਨੀ ਬੋਲੇਗਾ ਕਹ ਰਾਜਨੀਕਿਆ ਠੀਕ ਹੈ ਹੋਰ ਕੁਝ ਹੋਵੇ ਕਿ ਆ ਗਿਆ ਕਿ ਧੀਆਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕੀਤਾ ਜਾਵੇ ਉਹਨਾਂ ਨੂੰ ਫਟਕਾਰਾ ਨਾ ਦਿੱਤੀਆਂ ਜਾ ਕਿੰਦੇ ਠੀਕ ਹੈ ਹੋਰ ਗੱਲ ਦੱਸੋ ਉਹ ਕਹਿੰਦੀ ਜਦੋਂ ਇਹ ਚੀਜ਼ਾਂ ਹੋ ਗਈਆਂ ਧੀਆਂ ਨੂੰ ਪੜਾਇਆ ਗਿਆ ਆਤਮ ਵਿਸ਼ਵਾਸ ਵਿੱਚ ਵਾਧਾ ਕੀਤਾ ਗਿਆ ਤੇ ਤੁਹਾਡੀਆਂ ਆਉਣ ਵਾਲੀਆਂ ਕਈ ਪੀੜੀਆਂ ਗੁਣਵਾਨ ਹੋ ਜਾਣਗੀਆਂ ਉਹ ਆਪਣਾ ਪੇਕਾ ਤੇ ਸਹਰਾਕਰ ਤੇ ਆਪਣੀ ਔਲਾਦ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਐਨੇ ਗੁਣਵਾਨ ਬਣਾ ਦੇਗੀ ਤੁਹਾਡੀਆਂ ਕਈ ਪਿਛ ਜੋ ਆਉਣ ਵਾਲੀਆਂ ਪੁਸ਼ਤਾ ਨੇ ਨਾ ਉਹ ਗਰੀਬੀ ਵਿੱਚ ਨਹੀਂ ਅਮੀਰੀ ਵਿੱਚ ਜੀਵਨ ਬਤੀਤ ਕਰਨ ਗਿਆ ਇਸ ਲਈ ਕਿਹਾ ਜਾਂਦਾ ਹੈ ਧੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਰੌਸ਼ਨਾ ਦਿੰਦੀਆਂ ਨੇ ਧੀਆਂ ਗੁਣਵਾਨ ਹੁੰਦੀਆਂ ਨੇ ਧੀਆਂ ਦੁੱਖ ਸੁੱਖ ਦਾ ਆਪਣਾ ਜੋ ਸਾਥੀ ਹੁੰਦੀਆਂ ਨੇ ਇਸ ਲਈ ਕਦੇ ਵੀ ਜੇ ਸਕੂਲ ਧੀ ਹੈ ਉਹਨੂੰ ਫਟਕਾਰੋ ਨਾ ਸਿਰ ਦਾ ਤਾਜ ਬਣਾਓ ਉਹ ਤੁਹਾਨੂੰ ਤਾਜ ਬਣਾ ਕੇ ਰੱਖਣਗੀ